ਮਲੇਰਕੋਟਲਾ ਦੇ ਇੱਕ ਪਿੰਡ ਵਿੱਚ ਕੁਝ ਨੌਜਵਾਨਾਂ ਵੱਲੋਂ ਘਰ ਵਿੱਚ ਦਾਖਲ ਹੋ ਕੇ ਕੁਝ ਔਰਤਾਂ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ ਵਿੱਚ ਜਿਹੜੇ ਇਲਾਜ ਇਹਨਾਂ ਔਰਤਾਂ ਦਾ ਕਹਿਣਾ ਹੈ ਕਿ ਉਹਨਾਂ ਨਾਲ ਕੁੱਟਮਾਰ ਕਰਨ ਵਾਲੇ ਵਿਅਕਤੀ ਉਸਦੇ ਰਿਸ਼ਤੇਦਾਰ ਹੀ ਨੇ। ਇਹਨਾਂ ਲੜਕੀਆਂ ਨੇ ਦੋਸ਼ ਲਾਇਆ ਕਿ ਉਹਨਾਂ ਦਾ ਤਾਇਆ ਉਹਨਾਂ ਦੇ ਘਰ ਤੇ ਕਬਜ਼ਾ ਕਰਨਾ ਚਾਹੁੰਦਾ ਹੈ, ਇਸ ਲਈ ਪਹਿਲਾਂ ਵੀ ਕਈ ਵਾਰ ਉਹਨਾਂ ਨਾਲ ਇਸ ਤਰ੍ਹਾਂ ਦੀ ਕੁੱਟਮਾਰ ਕੀਤੀ ਜਾ ਚੁੱਕੀ ਹੈ, ਪਰ ਪੁਲਿਸ ਉਹਨਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ। ਹੁਣ ਜਦੋਂ ਇਹ ਸਾਰਾ ਮਾਮਲਾ ਸੀਸੀਟੀਵੀ ਕੈਮਰੇ ਵਿੱਚ ਬੰਦ ਹੋਇਆ ਤਾਂ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਹਾਂਜੀ, ਸਾਡੀ ਕੁੱਟਮਾਰ ਹੋਈ ਆ, ਤੀਸਰੀ ਵਾਰ ਹੋਈ ਆ। ਪਹਿਲਾਂ ਵੀ ਦੋ ਵਾਰ ਥਾਣੇ ਦਰਖਾਸਤਾਂ ਗਈਆਂ ਨੇਗੀਆਂ, ਪਰ ਉਹਨਾਂ ਨੇ ਸਾਡੀ ਰਿਪੋਰਟਾਂ ਝੂਠੀਆਂ ਪਾਤੀਆਂ। ਵਜ੍ਹਾ ਜੀ, ਸਾਡੇ ਘਰ 'ਤੇ ਕਬਜ਼ਾ ਕਰਨਾ ਚਾਹੁੰਦੇ ਨੇ। ਉਹ ਸਾਡੇ ਤਾਈ ਦੇ ਮੁੰਡੇ ਨੇਗੇ, ਸਾਡੇ ਗੁਆਂਢ 'ਚ ਹੀ ਰਹਿੰਦੇ ਨੇ। ਮੇਰੇ ਜੀ ਪੰਜ ਕੁੜੀਆਂ ਨੇ, ਮੈਂ ਆਪਣੇ ਆਂਗਣਵਾੜੀ ਸਕੂਲ 'ਚ ਲੱਗੀ ਹੋਈ ਹਾਂ, ਵੀ ਮੇਰੀ ਕੋਈ ਸੁਣਵਾਈ ਨਹੀਂ ਹੋਈ ਕਿਸੇ ਪਾਸੇ, ਵੀ ਸਰਪੰਚ ਨੇ ਨਾ ਕਰੀ ਆ, ਕੁੱਟਮਾਰ ਕਰੀ ਆ ਜੀ ਅੰਦਰ ਕੜੀ। ਇਹਨਾਂ ਨੂੰ ਖਿੱਚਿਆ ਮਾਰਿਆ ਕੁੱਟਿਆ ਉਹਨਾਂ ਨੇ ਅੰਦਰ, ਜਾਣੀ ਮੈਂ ਆਈ ਨਹੀਂ, ਮੈਂ ਸਕੂਲ 'ਚ ਸੀਗੀ, ਮੇਰੇ ਤੋਂ ਬਿਨਾਂ ਕੁੱਟ ਜਾਂਦੇ ਆ। ਜਿਹੜਾ ਸਰੋਤ ਪਿੰਡ ਦੇ ਵਿੱਚ ਜਿਹੜਾ ਸੀ ਝਗੜਾ ਹੋਇਆ ਸੀਗਾ, ਪਰਿਵਾਰਕ ਉਹਨਾਂ ਦਾ ਆਪਸ ਝਗੜਾ ਸੀ ਜਗ੍ਹਾ ਨੂੰ ਲੈ ਕੇ, ਉਹਦੇ ਵਿੱਚ ਜਿਹੜੀ ਕੁੱਟਮਾਰ ਹੋਈ ਸੀ ਲੜਕੀਆਂ ਦੀ, ਉਹ ਇਸ ਸੰਬੰਧ 'ਚ ਮੱਥਾ ਦਰਜ ਹੋ ਗਿਆ। ਉਹਦੇ ਵਿੱਚ 325, 323, 148 ਆਈ ਪੀ ਸੀ 'ਚ ਮੁਕੱਦਮਾ ਦਰਜ ਕੀਤਾ ਸੀਗਾ, ਅਤੇ ਤਫਤੀਸ਼ ਦੌਰਾਨ ਦੇ ਵਿੱਚ 452 ਦਾ ਵੀ ਵਾਧਾ ਕਰਤਾ ਗਿਆ। ਨਹੀਂ, ਦੋਸ਼ੀ ਫਰਾਰ ਨੇ, ਉਹਨਾਂ ਨੂੰ ਜਲਦੀ ਅਰੈਸਟ ਕਰਨਾ। ਇਹਨਾਂ ਔਰਤਾਂ ਨਾਲ ਕਿਸ ਕਦਰ ਕੁੱਟਮਾਰ ਅਤੇ ਖੇਚਾਥੂ ਕੀਤੀ ਗਈ, ਇਹ ਸੀਸੀਟੀਵੀ ਕੈਮਰੇ ਦੀ ਫੁਟੇਜ ਖੁਦ ਬਿਆਨ ਕਰ ਰਹੀ ਹੈ। ਆ ਤੁਹਾਨੂੰ ਵੀ ਦਿਖਾਉਂਦੇ ਹਾਂ ਇਹ ਫੁਟੇਜ। ਇਹਨਾਂ ਔਰਤਾਂ ਦੇ ਨਾਲ ਕਿਸ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ, ਤੁਸੀਂ ਇਸਦੀਆਂ ਤਸਵੀਰਾਂ ਦੇਖ ਸਕਦੇ ਹੋ ਸਿੱਧੀਆਂ ਸੀਸੀਟੀਵੀ ਕੈਮਰੇ ਦੇ ਵਿੱਚ। ਇਹ ਸਾਰੀ ਵਾਰਦਾਤ ਜਿਹੜੀ ਆ ਉਹ ਕੈਦ ਹੋ ਚੁੱਕੀ ਸੀ। ਸੋ ਕਿਸ ਤਰ੍ਹਾਂ ਬੁਰੀ ਤਰ੍ਹਾਂ ਜਿਹੜਾ ਇਹਨਾਂ ਔਰਤਾਂ ਦੀ ਕੁੱਟਮਾਰ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ। ਇਹਨਾਂ ਔਰਤਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਰਿਸ਼ਤੇਦਾਰਾਂ ਵੱਲੋਂ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਤਾਏ ਵੱਲੋਂ ਹੀ ਘਰ 'ਤੇ ਕਬਜ਼ਾ ਕਰਨਾ ਚਾਹੁੰਦੇ ਨੇ ਉਹ, ਅਤੇ ਜਿਸ ਕਾਰਨ ਪਹਿਲਾਂ ਵੀ ਇੱਕ ਦੋ ਵਾਰ ਉਹਨਾਂ ਦੀ ਕੁੱਟਮਾਰ ਕੀਤੀ ਜਾ ਚੁੱਕੀ ਹੈ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਕਿਤੇ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ 'ਤੇ, ਅਸੀਂ ਦਿਖਾਂਗੇ ਯੂਟਿਊਬ 'ਤੇ, ਸਾਨੂੰ ਫੋਲੋ ਕਰੋ ਟਵਿੱਟਰ 'ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।